ਇਹ ਟ੍ਰੈਫਿਕ ਆ ਵੀਰੇ, ਇਹ ਸ਼ਹਿਰ ਜ਼ਿਆਦਾ ਟ੍ਰੈਫਿਕ ਆ। ਤੇ ਜੇ ਤਾਂ ਹੋਈ ਪ੍ਰੋਪਰ, ਫਿਰ ਇਹ ਰੈਕਮੈਂਡਡ ਆ ਸਾਡੇ ਵੱਲੋਂ। ਜਦੋਂ ਸਾਡੀ ਛੁੱਟੀ ਹੁੰਦੀ ਆ ਵੇਲੇ ਅਸੀਂ ਗੱਡੀਆਂ ਤੇ ਹੀ ਹੁੰਦੇ, ਮਤਲਬ ਕਦੀ ਅਲਾਈਨਮੈਂਟ ਕਰਾ ਲਈ। ਦੁਬਈ ਦੇ ਵਿੱਚ ਜਿੰਨਾ ਤੁਸੀਂ ਨੀਟ ਐਂਡ ਕਲੀਨ ਹੋ ਕੇ ਚੱਲੋਗੇ ਨਾ, ਓਨਾ ਹੀ ਵਧੀਆ। ਬੁਗੜੀ ਦੀ ਮਾਂ ਦੀ ਉਹ ਖੜੀਆਂ ਦੋਨੇ ਹੀ ਲਾਈਨਾਂ ਦੇ ਵਿੱਚ। ਬਾਈ ਹਾਂ, ਚੱਲ ਯਾਰ ਇੱਕ ਦੋ ਕੰਮ ਕਰਕੇ ਹੀ ਹੈ, ਤੂੰ ਕੀ ਕਰੀ ਜਾਂਦਾ? ਮੈਂ ਯਾਰ ਆਹ ਪ੍ਰੋਫਾਈਲ ਜੀ ਦੇਖਦਾ ਸੀ ਇੰਸਟਾ ਤੇ। ਹਾਂ, ਆਹ ਜਿਹੜੀ ਬੁਗੜੀ ਵਾਲੀ ਵੀਡੀਓ ਨੀ ਹੈਗੀ, ਇਹਦੀ ਰੀਲ ਤੇ ਆਪਣਾ ਇੱਕ ਕਮੈਂਟ ਆ, ਬਹੁਤ ਡਿਲੀਸ਼ੀਅਸ ਕਮੈਂਟ ਆ, ਡਿਲੀਸ਼ੀਅਸ ਡਿਲੀਸ਼ੀਅਸ ਵਨ। ਹਾਂ, ਤੇ ਕਹਿੰਦਾ ਬੁਗੜੀ ਦੀ ਮਾਂ ਦੀ ਬੁਗੜੀ ਦੀ ਮਾਂ ਦੀ ਯਾਰ ਮੈਂ ਬੋਲ ਕੇ ਨੀ ਕਹਿ ਸਕਦਾ, ਮੈਨੂੰ ਬੈਸਟ ਕਮੈਂਟ ਲੱਗਿਆ ਇਹ ਵਾਰ, ਉਹ ਚੰਗਾ ਠੋਕਿਆ ਉਹਨੇ। ਚਲੋ ਅੱਜ ਆਪਾਂ ਕੰਮ ਨਿਬੇੜਦੇ ਹਾਂ। ਹਾਂ, ਵੈਲਕਮ ਹੈ ਜੀ ਤੁਹਾਡਾ ਸਾਡੇ ਡੂਬਰੋ ਵਲੋਗ ਦੇ ਵਿੱਚ, ਅਤੇ ਆਪਾਂ ਅੱਜ ਦਾ ਵਲੋਗ ਕਰਨ ਲੱਗੇ ਹਾਂ ਸਟਾਰਟ, ਥੋੜ੍ਹਾ ਕੰਮ ਬਾਹਰ ਅਤੇ ਕੰਮ ਕਿੰਨੇ ਕਿਹੜੇ ਕੰਮ ਆਪਣੇ ਅੱਜ ਆਪਾਂ ਪਹਿਲਾਂ ਚੱਲ ਜਾ ਕੇ ਨਿਕਲ ਜਾ ਕੇ ਪਤਾ ਲੱਗ ਜੂਗਾ। ਪਤਾ ਸਰਪ੍ਰਾਈਜ਼ ਦੇਣ ਲੱਗ ਗਿਆ ਤੂੰ ਲੋਕਾਂ ਨੂੰ, ਸਰਪ੍ਰਾਈਜ਼ ਦੇਣ ਲੱਗ ਗਿਆ ਮਾਮਾ, ਟੁੱਲੂ ਫੋਲੋ ਕਰਦਾ, ਲੋਕ ਵੇਟਿੰਗ ਚ ਬਹੁਤ ਰਹਿੰਦੇ ਆ ਨਾ ਆਪਣੇ ਕੰਮਾਂ ਨੂੰ। ਹਾਂ ਚੱਲ ਠੀਕ ਆ ਫਿਰ, ਚੱਲ ਚਲੀਏ ਫਿਰ। ਕਿਲ 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 ਇੱਥੇ ਇਹਨੇ ਬਹੁਤ ਤੰਗ ਕੀਤਾ ਤੁਹਾਡੇ, ਇਹ ਮੈਂਟੇਨੈਂਸ ਨਾ ਬਾਹਲੀ ਜ਼ਿਆਦਾ ਡਿਲੇ ਆ, ਪਹਿਲਾਂ ਨਹੀਂ ਹੁੰਦੇ, ਪਤਾ ਨਹੀਂ ਬਿਲਡਿੰਗ, ਹੁਣ ਬਿਲਡਿੰਗ ਵਾਲੇ ਡਿਲੇ ਕਰਨ ਲੱਗ ਗਏ। ਉਹ ਯਾਰ ਮੈਂਟੇਨੈਂਸ ਵਿਗੜੀ ਆ ਪੁਰਾਣੀ, ਉਹ ਫੁੱਦੂ ਆਈ ਆ। ਹਾਂ ਇੱਦਾਂ ਹੀ, ਇੱਥੇ ਜਾਣਾ ਆਪਾਂ, ਹੁਣ ਦੇਖ ਕਿੰਨਾ ਟਾਈਮ ਲੱਗ ਜਾਣਾ ਇਹਨੂੰ ਨੂੰ, ਬੰਦਾ ਗੱਡੀ ਚੜ੍ਹ ਜੂ ਜੇ ਕਿਸੇ ਨੂੰ ਐਮਰਜੈਂਸੀ ਆਈ ਹੋਈ ਸੀ। ਹੁਣ ਸਾਨੂੰ ਵੇਟ ਕਰਨੀ ਪੈ ਰਹੀ ਹੈ ਕਦੋਂ ਸਾਡਾ ਕਲੋਜ਼ ਹੋਊ ਤੇ ਕਦੋਂ ਅਸੀਂ ਥੱਲੇ ਥੱਲੇ ਚਲੇ ਆਉਂਦਾ, ਕਿਉਂ ਬਾਈ? ਹਾਂ ਇਹਨੇ ਇਕਾਨਮੀ ਸਲੋਅ ਕੀਤੀ ਪਈ ਹੈ ਬਿਲਡਿੰਗ ਦੀ, ਤੁਸੀਂ ਮੈਨੂੰ ਗੱਲ ਕਰਿਆ ਕਰ। ਯੋ ਹਰੀ ਸਿੰਘ ਇੱਕ ਦਿਨ ਖਾ ਤੇ ਅੱਜ ਕਰ ਸਕਦੇ ਹਾਂ, ਅੱਜ ਪ੍ਰੋਗਰਾਮ ਬਹੁਤ ਨੇ। ਕਿਹੜੇ ਪ੍ਰੋਗਰਾਮ? ਬਹੁਤ ਨੇ, ਅੱਜ ਖਤਮ ਕਰਨੇ ਜਲਦੀ। ਅੱਜ ਅਦਮਾਨ ਚੱਲਦੇ ਹਾਂ ਬਾਅਦ ਚੋਂ, ਪਹਿਲਾਂ ਅਲਟੀਮਾ ਦਾ ਯਾਰ ਏਸੀ ਨਾ ਸੌਂ ਲੱਗੇ ਇੱਥੇ ਦੁਬਈ ਦੇ ਵਿੱਚ, ਏਸੀ ਕੱਟ ਆਫ ਕਰ, ਇੱਕ ਵਾਰੀ ਵਿਗੜ ਗਿਆ ਨਾ ਬਹੁਤ ਤੰਗ ਕਰਦਾ ਯਾਰ ਏਸੀ ਉਸੀ, ਗਰਮੀ ਹੈਗੀ ਆ ਪੂਰੇ ਟੌਪ ਤੇ ਸਿਖਰ ਤੇ, ਉਹ ਚੱਲਦਾ ਹੈ ਨਹੀਂ ਗਾ, ਅਤੇ ਉਹ ਕਰਾ ਕੇ ਲਿਆਉਣੇ ਉਹਨੂੰ, ਹੁਣ ਉਹ ਸਹੀ ਕਰਾਉਣ ਚੱਲੇ ਹਾਂ। ਮਤਲਬ ਸਹੀ ਤਾਂ ਹੈ, ਕੱਟ ਆਫ ਹੁੰਦਾ ਵਾ ਜਿਵੇਂ ਗੱਡੀ ਖੜ੍ਹ ਜਾਂਦੀ ਹੈ, ਕੱਟ ਆਫ ਹੋ ਜਾਂਦਾ, ਮਤਲਬ ਕੰਪਰੈਸਰ 'ਚ ਕੋਈ ਪ੍ਰੋਬਲਮ ਹੋ ਸਕਦੀ ਹੈ, ਇਸ ਤੋਂ ਪਹਿਲਾਂ ਅੱਗੇ ਵੱਡੀ ਜ਼ਿਆਦਾ ਕੋਈ ਪ੍ਰੋਬਲਮ ਹੋਵੇ ਆਪਾਂ ਇਹਨੂੰ ਸਹੀ ਕਰਵਾ ਦਈਏ। ਉਹ ਖੜੀਆਂ ਦੋਨੇ ਹੀ ਲਾਈਨਾਂ ਦੇ ਵਿੱਚ, ਚੱਲ ਪੜ ਚੱਲ ਠੀਕ ਆ, ਤੁਸੀਂ ਦੁਕਾਨ 'ਤੇ ਜਾਣਾ ਨਾ, ਕੱਲ ਮੈਂ ਜਾਂਦਾ ਫਿਰ। ਓਕੇ ਲਓ ਵੀ ਮਿੱਤਰੋ, ਗੱਲ ਹੈਗੀ ਇੱਦਾਂ, ਅਤੇ ਵਲੋਗ ਆਪਣਾ ਸਟਾਰਟ ਹੋ ਚੁੱਕਿਆ, ਆਪਾਂ ਜੋ ਸੁਣਦੇ ਹਾਂ ਪਹਿਲਾਂ ਕੰਮ ਉਹ ਕਰਵਾ ਲਈਏ ਜੋ ਤੁਹਾਨੂੰ ਦੱਸਿਆ, ਅਤੇ ਉਸ ਤੋਂ ਬਾਅਦ ਫਿਰ ਅਗਲਾ ਸਟੇਸ਼ਨ, ਸਮਝ ਗੱਲ ਨੂੰ, ਮਿਲਦੇ ਹਾਂ ਫਿਰ ਆਪਾਂ ਆਪਣੇ ਮਿਸਤਰੀ ਕੋਲ ਜਾ ਕੇ। ਇਹਦਾ ਏਸੀ ਹੁਣ ਕੱਟ ਆਫ ਨਹੀਂ ਹੋਣਾ ਦੇਖੀ।
ਏਦਾਂ ਉਹ ਏਦਾਂ ਕਿਉਂ ਹੁੰਦਾ ਵਾ ਸਾਰੀ ਜਿਹੜੀ ਕੋਈ ਪ੍ਰੋਬਲਮ ਆ ਤੇ ਉਹ ਪ੍ਰੋਬਲਮ ਤੋਂ ਲੈ ਅੱਛਾ ਡਾਕਟਰ ਕੋਲੇ ਵੀ ਏਦਾਂ ਹੀ ਆ ਬੁਖਾਰ ਉਤਰੀ ਅੰਦਰ ਉਹ ਕਿ ਬੁਖਾਰ ਮੈਨੂੰ ਆਹ ਪ੍ਰੋਬਲਮ ਮੈਨੂੰ ਨਾ ਇੱਥੇ ਐਂ ਪੇਨ ਹੁੰਦਾ ਉਹ ਜਾਂ ਇੱਥੇ ਮੈਨੂੰ ਆਹ ਚੀਜ਼ ਹੁੰਦੀ ਆ ਸਵੈਲਿੰਗ ਹੁੰਦੀ ਹੈ ਉਹ ਸਾਰੀ ਡਾਕਟਰ ਕੋਲੇ ਹੁੰਦੀ ਨਹੀਂ ਹੈ ਨਾ ਊਂ ਸਾਰਾ ਦਿਨ ਹੋਈ ਜਾਊ ਭੈਣ ਚ ਜਿੰਨੀ ਵਾਰ ਗੱਡੀ ਦਾ ਨੌਕਸ ਲੈ ਕੇ ਗਿਆ ਉੱਥੇ ਜਾ ਕੇ ਗੱਡੀ ਸਹੀ ਰਹਿੰਦੀ ਹੈ ਆ ਹੁਣ ਆਰਾਮ ਨਾਲ ਚੱਲੀ ਜਾਂਦਾ ਬੰਦਾ ਕੀ ਕਰੂ ਦੱਸ ਚੱਲ ਕੋਈ ਗੱਲ ਨਹੀਂ ਫਿਰ ਵੀ ਹੁਣ ਦਿਖਾਵਾਂਗੇ ਤਾਂ ਸਹੀ ਉਹ ਖਰਚਾ ਕੱਢਣਗੇ ਤਾਂ ਸਹੀ ਐਂ ਕਹਿਣਗੇ ਵੀ ਕੰਪਰੈਸਰ ਪਵਾ ਲਓ ਚੱਲ ਕੋਈ ਗੱਲ ਨਹੀਂ ਆਪਾਂ ਮਿਲਦੇ ਹਾਂ ਹੁਣ ਨੈਕਸਟ ਇਹਨੂੰ ਇਦੋਂ ਬਾਅਦ ਖਤਮ ਕਰਕੇ ਮੇਰਾ ਮੇਨ ਤਾਂ ਅਜਮਾਨ ਸਟੇਸ਼ਨ ਸਟੇਸ਼ਨ ਉੱਥੇ ਆ ਕੇ ਮਿਲਦੇ ਹਾਂ ਬਬਾਸ ਦੁਬਈ ਦੇ ਵਿਚ ਜਿੰਨਾ ਤੁਸੀਂ ਨੀਟ ਐਂਡ ਕਲੀਨ ਹੋ ਕੇ ਚੱਲੋਗੇ ਨਾ ਓਨਾ ਹੀ ਵਧੀਆ ਵਾ ਪਤਾ ਨੀ ਭੈਣ ਚੋ ਕਿਹੜੀ ਗੇਮ ਤੁਹਾਡੇ ਤੇ ਪੈ ਜਾਣੀ ਹੈ ਸਾਫ਼ ਸੁਥਰੇ ਇਮਾਨਦਾਰੀ ਆਪਦੇ ਆਪਦੇ ਮਤਲਬ ਫੋਨ ਵੀ ਨੀਟ ਐਂਡ ਕਲੀਨ ਕਰਕੇ ਰੱਖੋ ਪੂਰੇ ਐਨ ਵਧੀਆ ਕੋਈ ਐਸੇ ਵੈਸੇ ਬੰਦੇ ਦਾ ਨੰਬਰ ਵੀ ਨਾ ਰੱਖੋ ਕਦੇ ਪਾਰਟੀ 'ਚ ਆਪਾਂ ਜਾਂਦੇ ਹਾਂ ਯਾਰਾਂ ਦੋਸਤਾਂ ਕੋਲ ਹੈ ਨਾ ਅਤੇ ਕਦੇ ਪਾਰਟੀ ਜਾਂਦੇ ਆਪਾਂ ਯਾਰਾਂ ਦੋਸਤਾਂ ਕੋਲ ਉਹ ਉੱਥੇ ਕੋਈ ਤਰ੍ਹਾਂ ਤਰ੍ਹਾਂ ਦੇ ਬੰਦੇ ਮਿਲ ਜਾਂਦੇ ਆਪਾਂ ਨੂੰ ਉਹਨਾਂ ਦਾ ਅੱਗਾ ਪਿੱਛਾ ਨਹੀਂ ਪਤਾ ਹੈ ਨਾ ਕਿਹੋ ਜਿਹਾ ਸੋ ਸਮਝ ਕੇ ਨੰਬਰ ਸੇਵ ਕਰੋ ਸੋ ਸਮਝ ਕੇ ਮੈਸੇਜ ਐਕਸਚੇਂਜ ਕਰੋ ਠੀਕ ਹੈ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਕੱਲ੍ਹ ਨੂੰ ਕੋਈ ਬੰਦਾ ਸਾਲਾ ਕ੍ਰਿਮੀਨਲ ਜਾਂ ਕੋਈ ਕਿਸੇ ਨੇ ਕੰਮ ਕੀਤਾ ਹੋਵੇ ਗਲਤ ਉਹਦੇ ਨੰਬਰ ਨੁੰਬਰ ਤੁਹਾਡੇ ਕੋਲ ਮਿਲ ਗਏ ਇੱਧਰ ਉੱਧਰ ਅਤੇ ਜਾ ਜਾਂਦੀ ਤੁਹਾਡੀ ਹੋ ਜਾਂਦੀ ਸਮਝ ਗੱਲ ਨੂੰ ਇਸ ਕਰਕੇ ਥੋੜ੍ਹਾ ਧਿਆਨ ਨਾਲ ਇਹ ਗੱਲ ਹੋਈ ਆ ਤਾਂ ਤੁਹਾਨੂੰ ਦੱਸ ਰਹੇ ਹਾਂ ਬਹੁਤ ਵਾਰਦਾਤਾਂ ਹੁੰਦੀਆਂ ਹੈ ਨਾ ਅਤੇ ਹੁਣ ਇਹ ਵਾਰਦਾਤਾਂ ਜਦੋਂ ਹੁੰਦੀਆਂ ਉਹ 'ਚ ਬੰਦਾ ਸਾਫ਼ ਸੁਥਰਾ ਉਹ ਤਾਂ ਹੀ ਨਿਕਲ ਸਕਦਾ ਅਦਰਵਾਈਜ਼ ਦੁਬਈ ਪੁਲਿਸ ਨਹੀਂ ਛੱਡਦੀ ਹਾਂ ਅਗਰ ਤੁਸੀਂ ਮਤਲਬ ਪੋਜ਼ਿਟਿਵ ਆ ਕਿਸੇ ਪ੍ਰੋਬਲਮ ਦੇ ਵਿੱਚ ਫਿਰ ਸਮਝ ਲਓ ਲੰਬਾ ਅੰਦਰ ਹੋ ਤੁਸੀਂ ਅਤੇ ਟਰਾਈ ਕਰੋ ਬਿਲਕੁਲ ਸਾਫ਼ ਸੁਥਰੇ ਹੋ ਕੇ ਚੱਲਣ ਦੀ ਇੱਥੇ ਅਸੀਂ ਆਏ ਆਪਣਾ ਏਸੀ ਕੱਟ ਆਫ ਹੋ ਜਾਂਦਾ ਵਾ ਹਨਾ ਤੇ ਮਕੈਨਿਕ ਇਮਾਨਦਾਰ ਆ ਬੰਦਾ ਵਧੀਆ ਹਨਾ ਉਹ ਆਪਾਂ ਤਾਂ ਹੀ ਇੱਥੇ ਆਉਣੇ ਆ ਨਹੀਂ ਤਾਂ ਆਪਾਂ ਕਿਉਂ ਆਈਏ ਹਨਾ ਮਸਾਂ ਲੱਭੇ ਤੇ ਸਲੀਮ ਕੀ ਕਹਿੰਦਾ ਉਹ ਯਾਰ ਜਿਹੜੀ ਚੀਜ਼ ਦਾ ਰੀਜ਼ਨ ਹੋ ਸਕਦਾ ਵੀ ਕੱਟ ਆਫ ਹੁੰਦੀ ਆ ਫਿਊਜ਼ ਇੱਕ ਹਾਂ ਤੇ ਸੈਂਸਰ ਆ ਸੈਂਸਰ ਡੈਸ਼ਬੋਰਡ ਹਾਂ ਅਸੀਂ ਖੁਸ਼ ਹੋ ਗਏ ਉਹਦਾ ਰੇਟ 35 ਰੁਪਏ ਕਹਿੰਦਾ 35 ਦਰਾਮ ਕਾ ਆਏਗਾ ਠੀਕ ਆ ਉਹ ਤਾਂ ਵੱਡੀ ਗੱਲ ਮਤਲਬ ਉਹਦਾ ਸਰਵਿਸ ਚਾਰਜ ਉਹਨੂੰ ਪਾਉਣ ਦੇ 600-700 ਦਰਾਮ ਆਊਗਾ 35 ਦਰਾਮ ਦੀ ਚੀਜ਼ ਆ ਹਿਸਾਬ ਨਾਲ ਤੇ ਉਹਨੇ ਸਾਨੂੰ ਵੀਡੀਓ ਵੀ ਦਿਖਾਈ ਫਿਰ ਲੱਗਦੀ ਵੀ ਹੋਣੀ ਕਿਉਂਕਿ ਡੈਸ਼ਬੋਰਡ ਪੱਟਣਾ ਸਾਰਾ ਕੁਛ ਹੈ ਨਾ ਉਹ ਬੰਦਾ ਨੋਰਮਲ ਲੇਬਰ ਨਹੀਂ ਪੱਟ ਸਕਦੀ ਉਹ ਟੈਕਨੀਸ਼ੀਅਨ ਹੀ ਪੱਟ ਸਕਦਾ ਹੁਣ ਤੇ ਕਹਿੰਦਾ 600-700 ਦਰਾਮ ਉਹਦੀ ਪੁਆਈ ਦਾ ਇਹਨੂੰ ਮੈਂ ਕਿਹਾ ਸਾਲਿਆ ਪਾਣੀ ਤੇ ਇੱਕ ਨਾਲ ਕੌਲਾ ਇੱਕ ਕੱਪੜਾ ਉਹ ਗਿੱਲਾ ਕਰ ਜਦੋਂ ਬੰਦ ਹੁੰਦਾ ਉਹ ਮੱਥੇ ਤੇ ਰੱਖ ਲਾ ਠੰਡਾ ਆਉਣ ਨੂੰ 700 ਦਰਾਮ ਕੌਣ ਲਾਊ ਚਲੋ ਜੀ ਆ ਗਏ ਅਲਾਈਨਮੈਂਟ ਤੇ ਇਹੀ ਕਿਹਾ ਸੀ ਇਹਨੇ ਪਤਾ ਨਹੀਂ ਯਾਰ ਛੋਟੇ ਹੁਣ ਇੱਥੇ ਤਾਂ ਆਹੀ ਆ ਹੋਰ ਤਾਂ ਹੈ ਨਹੀਂ ਕੋਈ
ਹੁਣ ਆਇਆ ਸੀ ਅਲਾਈਨਮੈਂਟ ਕਰਾਉਣ। ਜਦੋਂ ਸਾਡੀ ਛੁੱਟੀ ਹੁੰਦੀ ਆ ਵਿਹਲੇ ਹੁੰਦੇ ਅਸੀਂ ਗੱਡੀਆਂ ਤੇ ਹੀ ਹੁੰਦੇ, ਮਤਲਬ ਕਦੇ ਅਲਾਈਨਮੈਂਟ ਕਰਾ ਲਈ, ਕਦੇ ਉਹ ਕਰਾ ਲਓ, ਕਦੇ ਉਹ ਕਰਾ ਲਓ। ਤੂੰ ਕਿਹਾ ਮੈਨੂੰ ਆਹ ਰਾਈਟ ਵੇਵ ਵਰਕਸ਼ਾਪ ਵਾਲੇ ਨੇ ਭੇਜਿਆ ਤੇ ਆਹ ਚੀਜ਼ ਕਰਵਾਉਣ। ਇੱਥੇ ਹੋਣ ਲੱਗੀ ਆ ਅਲਾਈਨਮੈਂਟ ਆਪਣੀ ਗੱਡੀ ਦੀ, ਹੈ ਉਹ ਰੇਟ ਰੂਟ ਜਿਹਾ ਬਣਾਉਣ ਲੱਗਿਆ ਹੋਇਆ। ਛੁੱਟੀ ਵਾਲੇ ਦਿਨ ਗੱਡੀਆਂ ਠੀਕ ਕਰਾਉਣ ਦਾ ਕੀਦਾ ਅਲੱਗ, ਕੁਛ ਨਾ ਕੁਛ ਕਹਿੰਦੇ ਸਟੇਅਰਿੰਗ ਇੱਧਰ ਨੂੰ ਘੁਮਾਓ। ਉਹ ਲਾਉਂਦਾ ਹੁਣ ਸਟੇਅਰਿੰਗ ਆ ਗਿਆ ਨਾ, ਦੇਖਿਆ ਆਪਾਂ ਨੂੰ ਪਹਿਲਾਂ ਪਤਾ ਲੱਗ ਗਿਆ ਹੁਣ ਸਟੇਅਰਿੰਗ ਸਿੱਧਾ ਕਰੂਗਾ। ਲਓ ਵੀ ਮਿੱਤਰੋ ਹੁਣ ਤੁਹਾਨੂੰ ਰਿਜ਼ਲਟ ਦੱਸਦੇ ਆ ਬਈ ਹੋਈ ਆ ਸਹੀ ਕਿ ਨਹੀਂ। ਲਓ ਵੀ ਮਿੱਤਰੋ ਅਲਾਈਨਮੈਂਟ ਕਰਾ ਲਈ ਆ ਗੱਡੀ ਦੀ, ਤੇ ਆਹ ਹੈਗਾ ਵਰਕਸ਼ਾਪ ਅਲਾਈਨਮੈਂਟ ਵਾਲੀ ਕੰਟੀਨੈਂਟਲ, ਤੇ ਜੇ ਤਾਂ ਹੋਈ ਪ੍ਰੋਪਰ ਫਿਰ ਇਹ ਰੈਕਮੈਂਡਡ ਆ ਸਾਡੇ ਵੱਲੋਂ, ਤੁਹਾਨੂੰ ਰਿਜ਼ਲਟ ਦੱਸ ਦਿੰਦੇ ਅਸੀਂ ਹੁਣੀ ਚਲਾ ਕੇ। ਅਲਾਈਨਮੈਂਟ ਹੋ ਗਈ ਆ, ਅਸੀਂ ਤੁਹਾਨੂੰ ਦੱਸ ਦੇਣਾ ਹੁਣ ਵਧੀਆ। ਤੇ ਜਿਹੜੇ ਦੁਬਈ ਰਹਿੰਦੇ ਆ ਬੰਦੇ, ਠੀਕ ਆ, ਜੇ ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਇਹ ਕਿੱਥੇ ਆ, ਇਹ ਹੈਗੀ ਗਸੇਸ ਦੇ ਵਿੱਚ, ਠੀਕ ਆ, ਸਾਨੂੰ ਪਹਿਲਾਂ ਗੱਡੀ ਚਲਾ ਕੇ ਦੇਖ ਲੈਣ ਦਿਓ ਪ੍ਰੋਪਰ ਠੀਕ ਕੀਤੀ ਆ ਉਹਨੇ ਨਹੀਂ ਕੀਤੀ, ਹੈ ਨਾ, ਕਿਉਂਕਿ ਸ਼ਾਰਜਾ ਜਾ ਕੇ ਅਸੀਂ ਬੜਾ ਦੁਖੀ ਹੋਏ ਹਾਂ, ਤੇ ਪੈਸੇ ਵੀ ਬੜੇ ਜੈਨੂਨ ਜਾਇਜ਼ ਜੇ ਲਿਆ ਉਹਨੇ, ਜੈਨੂਨ ਰੀਜ਼ਨੇਬਲ ਲੈਸ 20 ਦਰਾਮ ਕਢਵਾ ਲਿਆ ਤਾਂ ਆਪਦਾ ਨਾਮ ਲੈ। ਹਾਂ, ਆਪਣਾ ਜਿਹੜੀ ਵਰਕਸ਼ਾਪ 'ਚੋਂ ਇੰਜਨ ਉਂਜਨ ਸਾਰਾ ਇਸ਼ੂਜ਼ ਦੇ ਕੰਮ ਹੁੰਦੇ ਆ, ਉਹਦਾ ਨਾਂ ਲਿਆ, ਉਹਦਾ ਨਾਂ ਚਾਹੁੰਦਾ ਕਾਲੀਆ, ਅਤੇ ਉਹਨਾਂ ਨੇ 20 ਦਰਾਮ ਘਟਾ ਦੇ, 70 ਦਰਾਮ ਲੈਣੇ ਸੀ 50 ਲਏ ਉਹਨਾਂ ਨੇ, ਕਿਉਂ ਸਲੀਮ ਹੈ ਜੀ? ਯੈਸ, ਓਕੇ, ਹੁਣ ਦੱਸ ਦਿਆ ਫਿਰ ਤੁਹਾਨੂੰ ਵਧੀਆ ਚੱਲਦੀ ਕਿ ਨਹੀਂ ਚੱਲਦੀ। ਸੌਰੀ ਫੋਰ ਐਕਸੀਡੈਂਟ, ਉਹ ਦੇਖੋ ਭਾਈ ਗੱਡੀ ਖਰਾਬ ਹੋਈ ਆ ਮੂਹਰੇ, ਆਹ ਲੱਗੀਆਂ ਚੜੀਆਂ ਗੱਡੀਆਂ, ਤੇ ਹਾਂ ਬਾਈ ਮੂਹਰੇ ਗੱਡੀ ਖੜੀ ਆ। ਹਾਂ, ਅਸੀਂ ਤਾਂ ਲੈ ਯੂ ਟਰਨ ਨਾਲ ਹੀ, ਸਾਡੇ ਵਾਲਾ ਤਾਂ ਗੱਲ ਹੀ ਹੈ, ਸਾਡੇ ਵਾਲਾ ਗੱਲ ਹੀ ਹੈ ਕੰਮ, ਅਸੀਂ ਨੇੜੇ ਮੁੜ ਚੱਲੇ। ਲਾ ਬਈ ਮਿੱਤਰੋ, ਦੀਨੀਆਂ ਗੱਡੀਆਂ ਖੜੀਆਂ ਕਿਉਂ ਕੱਢਦੇ? ਟ੍ਰੈਫਿਕ ਟ੍ਰੈਫਿਕ ਖੜਾ ਦੀਨਾ ਟ੍ਰੈਫਿਕ, ਅਸੀਂ ਤਾਂ ਮੋੜ ਲਿਆ। ਮੰਡੀ ਹੁਣ ਆਪਾਂ ਹਾਂ ਹਾਂ ਲੈ ਚੱਲ ਲੈ ਚੱਲ, ਸਾਨੂੰ ਕਿਹੜਾ ਐਕਰ, ਸਾਨੂੰ ਰਾਹ ਵਧੇਰੇ, ਤੁਹਾਨੂੰ ਆਹ ਚੱਕੋ ਜੀ ਆਹ ਰਾਹ ਤਾਂ ਹੁਣ ਚੱਲਦਾ ਮਿਲੂ ਤੁਹਾਨੂੰ, ਉੱਧਰਲਾ ਰਾਹ ਬਿਜੀ ਮਿਲੂ, ਕਹਾਣੀ ਮੈਂ ਤੁਹਾਨੂੰ ਦੱਸਦਾ ਬਸ ਇੱਕ ਵਾਰੀ ਆ ਸਿੱਧੇ ਜੋ ਲਈਏ ਆਪਾਂ ਮੰਡੀ 'ਚ ਆ ਗਏ, ਫਿਰ ਚੱਕਦੇ ਬਸ ਸਟੈਂਡ ਨਾ ਤੋਂ ਆ ਗਏ ਲਿਆਉਂਦੇ ਨਾ ਸਮਾਨ। ਪ੍ਰੋਗਰਾਮ ਬਣਿਆ ਇੱਦਾਂ, ਆਪਾਂ ਅਲਾਈਨਮੈਂਟ ਕਰਾ ਕੇ ਚੱਲੇ ਸੀਗੇ ਅਜਮਾਨ ਕੰਮ ਆਪਣੇ,
ਠੀਕ ਆ ਤੇ ਗੱਡੀ ਪਾ ਲਈ ਸੀ ਆਪਾਂ ਰੋਡ ਤੇ, ਵੀਡੀਓ ਤੁਹਾਨੂੰ ਦਿਖਾਤੀ ਆ, ਪ੍ਰੂਫ ਸਾਡੇ ਕੋਲ, ਪ੍ਰੂਫ ਸਾਡੇ ਕੋਲ ਆ, ਅਸੀਂ ਝੂਠ ਨਹੀਂ ਬੋਲਦੇ, ਪੂਰਾ ਓਰੀਜਨਲ ਮਾਲ ਆ, ਇੱਕ ਨੰਬਰ, ਇਹੋ ਜਿਹੀ ਕਾਪੀ ਕਿਤੇ ਨਹੀਂ ਮਿਲਣੀ ਤੁਹਾਨੂੰ, ਸਾਰੇ ਆਪਸ ਚ ਮਾਰੀ ਖੜੇ ਆ ਤੇ ਡਾਂ ਟ੍ਰੈਫਿਕ ਉਹ ਭਾਈ ਭਾਈ ਉਹ ਤੱਕ ਲੱਗ ਗਿਆ, ਬਸ ਫਿਰ ਹੋ ਗਿਆ ਜਾਮ ਉਹ ਦੇ, ਹੈਂ ਉਹ ਸ਼ੁਕਰ ਆਪਾਂ ਗਏ ਨਹੀਂ ਫਿਰ, ਅਤੇ ਅਸੀਂ ਫਿਰ ਮੌਕੇ ਦਾ ਫਾਇਦਾ ਚੱਕਿਆ, ਆਪਾਂ ਨਾਲ ਹੀ ਯੂ ਟਰਨ ਲੈ ਲਿਆ, ਉਹ ਅਗਰ ਉਹ ਮਿਸ ਕਰ ਜਾਂਦੇ ਸੀ ਫਸ ਗਏ ਸੀ ਫਿਰ ਆਪਾਂ, ਦੋ ਘੰਟੇ ਆਪਣੇ ਟ੍ਰੈਫਿਕ 'ਚ ਜਾਣੇ ਸੀ, ਅਤੇ ਹੁਣ ਆਪਾਂ ਚੱਲੇ ਹਾਂ ਸਿੱਧਾ ਦੁਬਈ ਦੀ ਸਬਜ਼ੀ ਮੰਡੀ, ਸਬਜ਼ੀ ਮੰਡੀ ਅੱਜ ਦਿਖਾਉਂਦੇ ਤੁਹਾਨੂੰ ਸਬਜ਼ੀ ਮੰਡੀ, ਹਾਂ ਦੁਬਈ ਦੀ, ਬਹੁਤ ਹੀ ਜ਼ਿਆਦਾ। ਚਲੋ ਲਿਸਟ ਮੰਗਵਾ ਲਈਏ ਘਰੋਂ ਅਸੀਂ ਕੀ ਚਾਹੀਦਾ, ਬਾਬਾ 55 ਦੀ ਪੇਟੀ ਕਹਿੰਦਾ ਸਬਜ਼ੀ ਖਰੀਦ ਲਈ, ਕਹਿੰਦਾ ਨਾ ਗਾ ਆ ਬਾਈ ਆਪਣਾ ਸਮਾਨ ਆ ਗਿਆ।